ਉਸ਼ੋਦੇ ਲੈਕਚਰ ਪ੍ਰਸ਼ਨ ਮੈਂ ਪੁੱਛਣਾ ਚਾਹਾਂਗਾ ਕਿ ਮੂਰછા ਤੇ ਜਾਗਰਤੀ ਵਿੱਚ ਕੀ ਭੇਦ ਹੈ ਬੇਹੋਸ਼ੀ ਚੇਤਨਾ ਦੀ ਕਿਸ ਸਥਿਤੀ ਨੂੰ ਕਹਿੰਦੇ ਹੈ ਅਰਥਾਤ ਹੋਸ਼ ਤੇ ਬੇਹੋਸ਼ੀ ਚ ਜੀਵਾਤਮਾ ਦੀ ਚੇਤਨਾ ਦੀ ਕਿਹੜੀ ਸਥਿਤੀ ਹੁੰਦੀ ਹੈ ਮੂਰછા ਤੇ ਜਾਗਰਤੀ ਇਹਨਾਂ ਦੋਹਾਂ ਨੂੰ ਸਮਝਣ ਦੇ ਲਈ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਜ਼ਰੂਰੀ ਹੈ ਇਹ ਦੋਵੇਂ ਇੱਕ ਦੂਜੇ ਦੇ ਉਲਟ ਹਾਲਤਾਂ ਵਿੱਚ ਨਹੀਂ ਹਨ ਆਮ ਤੌਰ ਤੇ ਦੋਵੇਂ ਉਲਟ ਹਾਲਤਾਂ ਸਮਝੀਆਂ ਜਾਂਦੀਆਂ ਹਨ ਅਸਲ 'ਚ ਜੀਵਨ ਨੂੰ ਅਸੀਂ ਦ્વੈਤ ਵਿੱਚ ਤੋੜ ਕੇ ਹੀ ਦੇਖਦੇ ਹਾਂ ਹਨੇਰੇ ਤੇ ਰੋਸ਼ਨੀ ਨੂੰ ਵੰਡ ਲੈਨੇ ਆ ਸੋਚਦੇ ਆ ਹਨੇਰਾ ਤੇ ਰੋਸ਼ਨੀ ਦੋ ਚੀਜ਼ਾਂ ਹਨ ਜਿਵੇਂ ਅਸੀਂ ਇਹ ਸਮਝਿਆ ਕਿ ਹਨੇਰਾ ਤੇ ਰੋਸ਼ਨੀ ਦੋ ਚੀਜ਼ਾਂ ਹਨ ਬੁਨਿਆਦੀ ਭੁੱਲ ਹੋ ਗਈ ਹੁਣ ਇਸ ਬੁਨਿਆਦੀ ਭੁੱਲ ਤੋਂ ਬਾਅਦ ਜੋ ਵੀ ਸੋਚ ਖੜੀ ਹੋਏਗੀ ਉਹ ਪਰਮਾਉ ਹੋਏਗੀ ਉਹ ਠੀਕ ਕਦੇ ਵੀ ਨਹੀਂ ਹੋ ਸਕਦੀ ਹਨੇਰਾ ਤੇ ਰੋਸ਼ਨੀ ਇੱਕ ਹੀ ਚੀਜ਼ ਦੀਆਂ ਇੱਕ ਮਿੱਕਤਾਵਾਂ ਹਨ ਹਨੇਰਾ ਤੇ ਰੋਸ਼ਨੀ ਇੱਕ ਹੀ ਚੀਜ਼ ਦੇ ਰੂਪ ਹਨ ਹਨੇਰਾ ਤੇ ਰੋਸ਼ਨੀ ਇੱਕ ਹੀ ਚੀਜ਼ ਦੀਆਂ ਪੌੜੀਆਂ ਹਨ ਜਿਸ ਨੂੰ ਅਸੀਂ ਹਨੇਰਾ ਕਹਿੰਨੇ ਆ ਮੁਨਾਸਬ ਹੋਏਗਾ ਆਖੀਏ ਕਿ ਉਹ ਕੁਝ ਘੱਟ ਰੋਸ਼ਨੀ ਹੈ ਅਜਿਹੀ ਰੋਸ਼ਨੀ ਜਿਹੜੀ ਜਿਹਨੂੰ ਸਾਡੀਆਂ ਅੱਖਾਂ ਨਹੀਂ ਫੜ ਪਾਉਂਦੀਆਂ ਜਿਸ ਰੋਸ਼ਨੀ ਨੂੰ ਸਾਡੀਆਂ ਅੱਖਾਂ ਨਹੀਂ ਫੜ ਪਾਉਂਦੀਆਂ ਉਹ ਸਾਨੂੰ ਹਨੇਰਾ ਪਾਸਤਾ ਹੈ ਰੋਸ਼ਨੀ ਨੂੰ ਅਸੀਂ ਕਹੀਏ ਕਿ ਥੋੜਾ ਘੱਟ ਹਨੇਰਾ ਹੈ ਅਜਿਹਾ ਹਨੇਰਾ ਜਿਹਨੂੰ ਸਾਡੀਆਂ ਅੱਖਾਂ ਫੜ ਪਾਉਂਦੀਆਂ ਹਨ ਹਨੇਰਾ ਤੇ ਪ੍ਰਕਾਸ਼ ਜਿਹੀਆਂ ਦੋ ਉਲਟ ਚੀਜ਼ਾਂ ਨਹੀਂ ਹਨ ਜੋ ਵੱਖ-ਵੱਖ ਹਨ ਹਨੇਰਾ ਤੇ ਪ੍ਰਕਾਸ਼ ਇੱਕ ਹੀ ਚੀਜ਼ ਦੀ ਡਿਗਰੀਜ਼ ਹਨ ਮਿਕਦਾਰਾਂ ਹਨ ਤੇ ਜੋ ਹਨੇਰੇ ਤੇ ਪ੍ਰਕਾਸ਼ ਦੇ ਸਬੰਧ ਵਿੱਚ ਸੱਚ ਹੈ ਉਹੀ ਜੀਵਨ ਦੇ ਸਾਰੇ ਦਵੰਧਾਂ ਵਿੱਚ ਸੱਚ ਹੈ ਮੂਰਛਾ ਤੇ ਚੇਤਨਾ ਵੀ ਅਜਿਹੀ ਹੀ ਗੱਲ ਹੈ ਮੂਰਛਾ ਨੂੰ ਸਮਝ ਲਓ ਹਨੇਰਾ ਚੇਤਨਾ ਨੂੰ ਸਮਝ ਲਓ ਪ੍ਰਕਾਸ਼ ਅਸਲ 'ਚ ਮੂਰਛਤ ਤੋਂ ਮੂਰਛਤ ਚੀਜ਼ ਵੀ ਬਿਲਕੁਲ ਮੂਰਛਤ ਨਹੀਂ ਹੈ। ਪੱਥਰ ਵੀ ਮੂਰਛਤ ਨਹੀਂ ਹੈ। ਉਹ ਵੀ ਚੇਤਨਾ ਦੀ ਹੀ ਇੱਕ ਹਾਲਤ ਹੈ ਪਰ ਇੰਨੀ ਘਟ ਕੇ ਸਾਡੀ ਪਕੜ ਦੇ ਬਾਹਰ ਹੈ। ਇੱਕ ਬੰਦਾ ਸੌਂ ਰਿਹਾ ਹੈ, ਇੱਕ ਬੰਦਾ ਜਾਗ ਰਿਹਾ ਹੈ। ਜਾਗਣਾ ਤੇ ਸੌਣਾ ਦੋ ਚੀਜ਼ਾਂ ਨਹੀਂ ਹਨ। ਇੱਕ ਹੀ ਬੰਦਾ ਸੌਣ ਤੇ ਜਾਗਣ ਦੇ ਵਿਚਾਲੇ ਯਾਤਰਾ ਕਰ ਰਿਹਾ ਹੈ। ਜਿਹਨੂੰ ਅਸੀਂ ਸੌਣਾ ਕਹਿੰਦੇ ਹਾਂ ਉਹ ਵੀ ਬਿਲਕੁਲ ਸੌਣਾ ਨਹੀਂ ਹੈ ਕਿਉਂਕਿ ਸੌਣ ਵੇਲੇ ਅਸੀਂ ਜ਼ੋਰ ਨਾਲ ਬੋਲਦੇ ਹਾਂ ਰਾਮ। 500 ਬੰਦੇ ਸੁੱਤੇ ਹੋਏ ਹਨ ਤਾਂ 499 ਬੰਦੇ ਨਹੀਂ ਸੁਣਦੇ ਜਿਹਦਾ ਨਾਮ ਰਾਮ ਹੈ ਉਹ ਅੱਖਾਂ ਖੋਲ ਕੇ ਕਹਿੰਦਾ ਕੌਣ ਮੇਰੀ ਨੀਂਦ ਖਰਾਬ ਕਰ ਰਿਹਾ ਹੈ ਕੌਣ ਮੈਨੂੰ ਬੁਲਾ ਰਿਹਾ ਹੈ ਇਹ ਬੰਦਾ ਜੇਕਰ ਬਿਲਕੁਲ ਸੁੱਤਾ ਸੀ ਤਾਂ ਉਹਨੂੰ ਖਬਰ ਨਹੀਂ ਪੈਣੀ ਚਾਹੀਦੀ ਸੀ ਕਿ ਉਹਦਾ ਨਾਮ ਪੁਕਾਰਿਆ ਗਿਆ ਤੇ ਆਦਮੀ ਜੇਕਰ ਬਿਲਕੁਲ ਸੁੱਤਾ ਸੀ ਤਾਂ ਉਹਨੂੰ ਇਹ ਪਛਾਣ ਚ ਨਹੀਂ ਆਉਣਾ ਚਾਹੀਦਾ ਸੀ ਕਿ ਮੇਰਾ ਨਾਮ ਰਾਮ ਹੈ ਇਦੀ نیند ਵੀ ਜਾਗਣ ਦੀ ਹੀ ਇੱਕ ਘੱਟ ਹਾਲਤ ਸੀ ਜਾਗਣਾ ਕੁਝ ਫਿੱਕਾ ਮੱਧਮ ਹੋ ਗਿਆ ਜਾਗਣਾ ਕੁਝ ਧੁੰਦਲਾ ਹੋ ਗਿਆ ਫਿਰ ਇੱਕ ਆਦਮੀ ਦੇ ਘਰ ਚ ਅੱਗ ਲੱਗੀ ਹੈ ਉਹ ਰਾਤ ਤੇ ਭੱਜਿਆ ਜਾ ਰਿਹਾ ਹੈ ਤੁਸੀਂ ਉਹਨੂੰ ਨਮਸਕਾਰ ਕਰਦੇ ਹੋ ਤੁਹਾਨੂੰ ਦੇਖਦਾ ਹੈ ਫਿਰ ਵੀ ਨਹੀਂ ਵੇਖਦਾ ਉਹ ਤੁਹਾਨੂੰ ਸੁਣਦਾ ਹੈ ਫਿਰ ਵੀ ਨਹੀਂ ਸੁਣਦਾ ਦੂਜੇ ਦਿਨ ਤੁਸੀਂ ਉਹਨੂੰ ਪੁੱਛਦੇ ਹੋ ਕੱਲ ਮੈਂ ਨਮਸਕਾਰ ਕੀਤੀ ਸੀ ਤੁਸੀਂ ਜਵਾਬ ਨਹੀਂ ਦਿੱਤਾ ਉਹ ਆਦਮੀ ਕਹਿੰਦਾ ਮੇਰੇ ਮਕਾਨ 'ਚ ਅੱਗ ਲੱਗੀ ਸੀ ਮੈਨੂੰ ਉਸ ਵੇਲੇ ਸਿਵਾਏ ਮਕਾਨ ਦੇ ਹੋਰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਮੇਰੇ ਮਕਾਨ 'ਚ ਅੱਗ ਲੱਗੀ ਸੀ ਮੈਨੂੰ ਸਵਾਏ ਮਕਾਨ ਦੇ ਆਸੇ-ਪਾਸੇ ਮਕਾਨ 'ਚ ਅੱਗ ਲੱਗੀ ਹੈ ਇਸ ਆਵਾਜ਼ ਤੋਂ ਇਲਾਵਾ ਕੋਈ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਤੁਸੀਂ ਨਮਸਕਾਰ ਕੀਤੀ ਹੋਏਗੀ ਜ਼ਰੂਰ ਤੁਸੀਂ ਮਿਲੇ ਹੋਗੇ ਜ਼ਰੂਰ ਪਰ ਨਾ ਮੈਂ ਦੇਖ ਸਕਿਆ ਨਾ ਮੈਂ ਸੁਣ ਸਕਿਆ ਇਹ ਆਦਮੀ ਜਾਗਿਆ ਹੋਇਆ ਸੀ ਜਾਂ ਸੁੱਤਾ ਹੋਇਆ ਸੀ ਇਹ ਆਦਮੀ ਸਬਰ ਥਾਂ ਚ ਜਾਗਿਆ ਹੋਇਆ ਸੀ ਫਿਰ ਵੀ ਇਸ ਆਦਮੀ ਦੇ ਲਈ ਕਰੀਬ ਕਰੀਬ ਸੁੱਤਾ ਹੋਇਆ ਸੀ ਉਸ ਆਦਮੀ ਤੋਂ ਵੀ ਵੱਧ ਸੁੱਤਾ ਹੋਇਆ ਸੀ ਜਿਨੇ ਨੀਂਦ ਚ ਸੁਣ ਲਿਆ ਸੀ ਕਿ ਰਾਮ ਇਹ ਉਸ ਆਦਮੀ ਤੋਂ ਵੀ ਵੱਧ ਸੁੱਤਾ ਸੀ ਸੌਣਾ ਤੇ ਜਾਗਣਾ ਕੀ ਹੈ ਬੱਲੀ ਗੱਲ ਮੈਂ ਇਹ ਕਹਿਣਾ ਚਾਹੁੰਨਾ ਕਿ ਇਹ ਦੋ ਉਲਟ ਚੀਜ਼ਾਂ ਨਹੀਂ ਹਨ ਪਦਾਰਤ ਤੇ ਪ੍ਰਮਾਤਮਾ ਦੋ ਉਲਟ ਚੀਜ਼ਾਂ ਨਹੀਂ ਹਨ ਨੀਂਦ ਤੇ ਜਾਗ ਦੋ ਉਲਟ ਚੀਜ਼ਾਂ ਨਹੀਂ ਹਨ ਪ੍ਰਕਾਸ਼ ਤੇ ਹਨੇਰਾ ਦੋ ਉਲਟ ਚੀਜ਼ਾਂ ਨਹੀਂ ਹਨ ਸ਼ੈਤਾਨ ਤੇ ਈਸ਼ਵਰ ਦੋ ਉਲਟ ਚੀਜ਼ਾਂ ਨਹੀਂ ਹਨ ਭਲਾ ਤੇ ਬੁਰਾ ਦੋ ਉਲਟ ਚੀਜ਼ਾਂ ਨਹੀਂ ਹਨ ਪਰ ਸਾਡੀ ਬੁੱਧੀ ਹਰ ਚੀਜ਼ ਨੂੰ ਤੁਰੰਤ ਦੋਚ ਤੋੜ ਲੈਂਦੀ ਹੈ ਅਸਲ 'ਚ ਬੁੱਧੀ ਨੇ ਸਵਾਲ ਉਠਾਇਆ ਕਿ ਉਹਨੇ ਦੋ ਵਿੱਚ ਵਿੱਚ ਤੋੜਿਆ ਨਹੀਂ ਬੁੱਧੀ ਨੇ ਸੋਚਿਆ ਕਿ ਉਹਨੇ ਦੋ 'ਚ ਤੋੜਿਆ ਨਹੀਂ ਸੋਚਣਾ ਤੇ ਦੋ ਵਿੱਚ ਤੋੜਨਾ ਇੱਕ ਹੀ ਚੀਜ਼ ਦੇ ਦੋ ਨਾਂ ਹਨ ਜਿਵੇਂ ਤੁਸੀਂ ਸੋਚੋਗੇ ਤੁਸੀਂ ਤਕਸੀਮ ਕਰੋਗੇ ਸੋਚਣਾ ਤਕਸੀਮ ਦੀ ਪ੍ਰਕਿਰਿਆ ਹੈ ਤੁਸੀਂ ਤੁਰੰਤ ਦੋ ਟੋਟਿਆਂ 'ਚ ਕਰ ਲਓਗੇ ਤੇ ਜਿੰਨਾ ਸੋਚਣ ਵਾਲਾ ਆਦਮੀ ਹੋਏਗਾ ਉਹਨੇ ਵੱਧ ਟੋਟੇ ਕਰਦਾ ਜਾਏਗਾ ਫਿਰ ਟੋਟੇ ਹੀ ਟੋਟੇ ਰਹਿ ਜਾਣਗੇ ਤੇ ਉਹ ਜੋ ਦਾ ਹੱਲ ਉਹ ਦੋ ਦਾ ਹੱਲ ਉਹ ਜੋ ਪੂਰਾ ਹੈ ਉਹ ਗਵਾਚ ਜਾਏਗਾ ਤੇ ਉਸ ਪੂਰੇ ਵਿੱਚ ਹੀ ਹਰ ਸਵਾਲ ਦਾ ਜਵਾਬ ਹੈ ਇਸ ਲਈ ਬੁੱਧੀ ਕਿਸੇ ਸਵਾਲ ਦਾ ਜਵਾਬ ਕਦੇ ਵੀ ਨਹੀਂ ਲੱਭ ਪਾਉਂਦੀ। ਬੁੱਧੀ ਹਰ ਜਵਾਬ 'ਚ 25 ਸਵਾਲ ਜ਼ਰੂਰ ਲੱਭ ਲੈਂਦੀ ਹੈ। ਕਿੰਨਾ ਹੀ ਮਹੱਤਵਪੂਰਨ ਜਵਾਬ ਦਿੱਤਾ ਗਿਆ ਹੋਵੇ, ਬੁੱਧੀ ਉਸੇ ਵੇਲੇ ਉਸ 'ਚ 25 ਸਵਾਲ ਲੱਭ ਲਏਗੀ। ਪਰ ਬੁੱਧੀ ਕਦੇ ਵੀ ਕਿਸੇ ਚੀਜ਼ ਦਾ ਜਵਾਬ ਨਹੀਂ ਲੱਭ ਪਾਉਂਦੀ। ਇਹਦਾ ਕਾਰਨ ਹੈ ਕਿਉਂਕਿ ਜਵਾਬ ਹੈ ਪੂਰੇ ਵਿੱਚ ਤੇ ਬੁੱਧੀ ਦੀ ਆਪਣੀ ਮਜਬੂਰੀ ਹੈ। ਉਹ ਬਿਨਾਂ ਤੋੜ ਕੇ ਚੱਲ ਨਹੀਂ ਸਕਦੀ। ਅਜਿਹਾ ਹੀ ਅਸੀਂ ਸਮਝੀਏ ਮੈਂ ਬੈਠਾ ਮੈਂ ਬੋਲ ਰਿਹਾ ਹਾਂ ਮੈਂ ਇੱਥੇ ਮੌਜੂਦ ਹਾਂ ਤੁਸੀਂ ਮੈਨੂੰ ਸੁਣ ਵੀ ਰਹੇ ਹੋ ਤੁਸੀਂ ਮੈਨੂੰ ਦੇਖ ਵੀ ਰਹੇ ਹੋ ਜਿਹਨੂੰ ਤੁਸੀਂ ਦੇਖ ਰਹੇ ਹੋ ਤੇ ਜੋ ਬੋਲ ਰਿਹਾ ਹੈ ਉਹ ਦੋ ਆਦਮੀ ਨਹੀਂ ਹੈ ਪਰ ਜਿੱਥੋਂ ਤੱਕ ਤੁਹਾਡਾ ਸਬੰਧ ਹੈ ਦੇਖ ਰਹੇ ਹੋ ਤੁਸੀਂ ਅੱਖਾਂ ਨਾਲ ਸੁਣ ਰਹੇ ਹੋ ਤੁਸੀਂ ਕੰਨਾਂ ਨਾਲ ਤੁਸੀਂ ਮੈਨੂੰ ਦੋ ਹਿੱਸਿਆਂ 'ਚ ਤੋੜ ਲਿਆ ਜੇਕਰ ਤੁਸੀਂ ਮੇਰੇ ਕੋਲ ਬੈਠੋ ਤੁਹਾਨੂੰ ਮੇਰੇ ਸਰੀਰ ਦੀ ਗੰਧ ਆ ਰਹੀ ਹੈ ਤੇ ਤੁਸੀਂ ਮੈਨੂੰ ਤਿੰਨ ਹਿੱਸਿਆਂ 'ਚ ਤੋੜ ਲਿਆ ਫਿਰ ਤੁਸੀਂ ਇਹਨਾਂ ਤਿੰਨ ਹਿੱਸਿਆਂ ਨੂੰ ਜੋੜ ਕੇ ਮੇਰੀ ਮੂਰਤੀ ਬਣਾ ਰਹੇ ਹੋ ਮੇਰੀ ਮੂਰਤੀ ਨਹੀਂ ਹੈ ਉਹ ਤੁਹਾਡਾ ਜੋੜ ਹੈ ਤੇ ਉਹ ਜੋੜ ਹਮੇਸ਼ਾ ਪਰ ਮਾਉ ਹੋਏਗਾ ਕਿਉਂਕਿ ਕਿਸੇ ਵੀ ਹਿੱਸਿਆਂ ਨੂੰ ਜੋੜ ਕੇ ਪੂਰਨ ਨਹੀਂ ਬਣਾਇਆ ਜਾ ਸਕਦਾ ਪੂਰਨ ਤਾਂ ਉਹੀ ਹੈ ਜੋ ਹਿੱਸਿਆਂ ਦੇ ਤੋੜਨ ਤੋਂ ਪਹਿਲਾਂ ਸੀ ਤੇ ਜਿਵੇਂ ਅਸੀਂ ਪੁੱਛਦੇ ਹਾਂ ਜਾਗਰਤੀ ਤੇ ਮੂਰਛਾ ਉਵੇਂ ਅਸੀਂ ਤੋੜਨਾ ਸ਼ੁਰੂ ਕਰ ਦਿੱਤਾ ਮੈਂ ਮੰਨਦਾ ਕਿ ਇੱਕ ਹੀ ਹੈ ਪਰ ਜਦ ਮੈਂ ਕਹਿੰਨਾ ਕਿ ਇੱਕ ਹੀ ਹੈ ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਜਾਗਰਤੀ ਹੀ ਮੂਰਛਾ ਹੈ ਮੂਰਛਾ ਹੀ ਜਾਗਰਤੀ ਹੈ ਇਹ ਮੈਂ ਨਹੀਂ ਕਹਿ ਰਿਹਾ ਜਦ ਮੈਂ ਕਹਿੰਨਾ ਹਨੇਰਾ ਤੇ ਪ੍ਰਕਾਸ਼ ਇੱਕ ਹੀ ਹੈ ਤਦ ਮੈਂ ਇਹ ਨਹੀਂ ਕਹਿ ਰਿਹਾ ਕਿ ਹਨੇਰਾ ਹੈ ਤਾਂ ਤੁਸੀਂ ਚਲੇ ਜਾਓ ਤਾਂ ਤੁਸੀਂ ਉਸੇ ਤਰ੍ਹਾਂ ਚਲੇ ਜਾਓ ਜਿਸ ਤਰ੍ਹਾਂ ਪ੍ਰਕਾਸ਼ ਚ ਜਾ ਸਕਦੇ ਹੋ ਜਦ ਮੈਂ ਕਹਿ ਰਿਹਾ ਹਨੇਰਾ ਤੇ ਪ੍ਰਕਾਸ਼ ਇੱਕ ਹੈ ਤਾਂ ਮੈਂ ਇਹ ਕਹਿ ਰਿਹਾ ਕਿ ਵਜੂਦ ਇੱਕ ਹੀ ਚੀਜ਼ ਦੀਆਂ ਮਿਕਦਾਰਾਂ ਦੀ ਹੈ ਘੱਟ ਤੇ ਵੱਧ ਦਾ ਫਰਕ ਹੈ ਹੋਣ ਤੇ ਨਾ ਹੋਣ ਦਾ ਫਰਕ ਨਹੀਂ ਹੈ ਘੱਟ ਤੇ ਵੱਧ ਦਾ ਫਰਕ ਹੈ ਇਹ ਕਿਹੜੀ ਚੀਜ਼ ਹੈ ਜੋ ਘਟ ਵੱਧ ਹੋ ਕੇ ਮੁਰਚਾ ਪਣ ਜਾਂਦੀ ਹੈ ਤੇ ਜਾਗਰਤੀ ਬਣ ਜਾਂਦੀ ਹੈ ਹੁਣ ਮੈਨੂੰ ਸਮਝਣਾ ਸੌਖਾ ਹੋ ਜਾਏਗਾ ਇਹ ਕਿਹੜੀ ਚੀਜ਼ ਹੈ ਜੋ ਵੱਧ ਹੁੰਦੀ ਹੈ ਤਾਂ ਜਾਗਰਤੀ ਮਾਲੂਮ ਹੁੰਦੀ ਹੈ ਘੱਟ ਹੁੰਦੀ ਹੈ ਤਾਂ ਮੁਰਚਾ ਹੋ ਜਾਂਦੀ ਹੈ ਇਸ ਇੱਕ ਤੱਤ ਦਾ ਨਾਂ ਹੀ ਧਿਆਨ ਹੈ ਅਟੈਂਸ਼ਨ ਹੈ ਜਿੰਨਾ ਧਿਆਨ ਗੂੜਾ ਤੇ ਤਿੱਖਾ ਹੁੰਦਾ ਉਨੇ ਜਾਗਰਤੀ ਹੋ ਜਾਂਦੀ ਹੈ ਜਿੰਨਾ ਧਿਆਨ ਗੂੜਾ ਤੇ ਤਿੱਖਾ ਨਹੀਂ ਹੁੰਦਾ ਉਨੇ ਮੁਰਚਾ ਹੋ ਜਾਂਦੀ ਹੈ ਮੁਰਚਾ ਤੇ ਜਾਗਰਤੀ ਧਿਆਨ ਦੀਆਂ ਕਣਤਾਵਾਂ ਦੇ ਨਾਂ ਹਨ ਡੈਂਸਟੀਆਂਜ਼ ਆਫ ਅਟੈਂਸ਼ਨ ਕਿੰਨੀ ਗੂੜੀ ਹੈ ਧਿਆਨ ਦੀ ਸਥਿਤੀ ਉਨਾ ਜਾਗਣ ਹੋ ਜਾਏਗਾ ਕਿੰਨੀ ਵਿਰਲੀ ਹੈ ਧਿਆਨ ਦੀ ਸਥਿਤੀ ਉਨੀ ਮੁਰਝਾ ਹੋ ਜਾਏਗੀ ਅਸਲ 'ਚ ਪੱਥਰ ਤੇ ਸਾਡੇ ਵਿਚਾਲੇ ਜੋ ਫਰਕ ਹੈ ਉਹ ਇੰਨਾ ਹੀ ਹੈ ਪੱਥਰ ਦੇ ਕੋਲ ਕਿਸੇ ਵੀ ਦਿਸ਼ਾ ਵਿੱਚ ਸੰਗਣਾ ਧਿਆਨ ਨਹੀਂ ਹੈ ਜਿਸ ਦਿਸ਼ਾ 'ਚ ਸੰਗਣਾ ਧਿਆਨ ਹੋ ਜਾਂਦਾ ਹੈ ਉਸ ਦਿਸ਼ਾ 'ਚ ਜਾਗਰਤੀ ਹੋ ਜਾਂਦੀ ਹੈ ਜਿਸ ਦਿਸ਼ਾ 'ਚ ਧਿਆਨ ਦੀ ਘਣਤਾ ਘਟ ਹੋ ਜਾਂਦੀ ਹੈ ਉਸ ਦਿਸ਼ਾ ਵਿੱਚ ਮੂਰਛਾ ਹੋ ਜਾਂਦੀ ਹੈ ਜਿਵੇਂ ਕਿ ਜੇਕਰ ਅਸੀਂ ਕਿਰਨਾਂ ਨੂੰ ਸੰਗਣਾ ਕਰਨ ਵਾਲੇ ਕੱਚ ਦੇ ਟੁਕੜੇ ਵਿੱਚੋਂ ਦੀ ਕਿਰਨਾਂ ਨੂੰ ਲੰਗਾਈਏ ਤਾਂ ਉਸੇ ਵੇਲੇ ਅੱਗ ਪੈਦਾ ਹੋ ਜਾਂਦੀ ਹੈ ਪ੍ਰਕਾਸ਼ ਸੰਗਣਾ ਹੋ ਜਾਂਦਾ ਤੇ ਅੱਗ ਬਣ ਜਾਂਦੀ ਹੈ ਅੱਗ ਜੇਕਰ ਵਿਰਲੀ ਹੋ ਜਾਏ ਤਾਂ ਪ੍ਰਕਾਸ਼ ਰਹਿ ਜਾਂਦਾ ਹੈ ਇੱਕ ਅੰਗਿਆਰੇ 'ਚ ਅੱਗ ਹੈ ਕਿਉਂਕਿ ਪ੍ਰਕਾਸ਼ ਬਹੁਤ ਸੰਘਣਾ ਹੈ ਜਿੱਥੇ ਵੀ ਪ੍ਰਕਾਸ਼ ਸੰਘਣਾ ਹੋ ਜਾਂਦਾ ਉਥੇ ਅੱਗ ਪੈਦਾ ਹੋ ਜਾਂਦੀ ਹੈ ਜਿੱਥੇ ਪ੍ਰਕਾਸ਼ ਵਿਰਲਾ ਹੋ ਜਾਂਦਾ ਉਹਦੀ ਡੈਂਸਿਟੀ ਘੱਟ ਹੋ ਜਾਂਦੀ ਹੈ ਉਥੇ ਅੱਗ ਵੀ ਪ੍ਰਕਾਸ਼ ਰਹਿ ਜਾਂਦੀ ਹੈ ਜਿੰਨੀ ਕਣਤਾ ਘੱਟ ਹੁੰਦੀ ਹੈ ਉਹਨਾਂ ਹਨੇਰਾ ਵੱਧਦਾ ਜਾਂਦਾ ਹੈ ਜਿੰਨੀ ਕਣਤਾ ਵੱਧਦੀ ਜਾਂਦੀ ਹੈ ਉਹਨਾਂ ਪ੍ਰਕਾਸ਼ ਵੱਧਦਾ ਜਾਂਦਾ ਹੈ ਜੇਕਰ ਅਸੀਂ ਸੂਰਜ ਵੱਲ ਨੂੰ ਯਾਤਰਾ ਕਰੀਏ ਤੇ ਪ੍ਰਕਾਸ਼ ਵੱਧਦਾ ਜਾਏਗਾ ਕਿਉਂਕਿ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਸੂਰਜ ਤੇ ਬਹੁਤ ਸੰਘਣੀਆਂ ਹਨ ਜਿਵੇਂ ਅਸੀਂ ਸੂਰਜ ਤੋਂ ਦੂਰ ਹਟਦੇ ਜਾਵਾਂਗੇ ਓਵੇਂ-ਓਵੇਂ ਪ੍ਰਕਾਸ਼ ਘੱਟ ਹੁੰਦਾ ਜਾਏਗਾ ਸੂਰਜ ਤੋਂ ਬਹੁਤ ਵੱਡੀ ਦੂਰੀ ਤੇ ਹਨੇਰਾ ਰਹਿ ਜਾਏਗਾ ਉਹ ਹਨੇਰਾ ਸਿਰ ਪ੍ਰਕਾਸ਼ ਦੀ ਘਣਤਾ ਦੇ ਘੱਟ ਹੋ ਜਾਣ ਦੇ ਕਾਰਨ ਠੀਕ ਇਉਂ ਹੀ ਮੈਂ ਮੂਰਛਾ ਤੇ ਜਾਗਰਤੀ ਨੂੰ ਲੈਣਾ ਧਿਆਨ ਹੈ ਮੂਲ ਤਤ ਜਿਸ ਦੀ ਤਰਲਤਾ ਜਿਸ ਦੀ ਘਣਤਾ ਵਿਰਲਤਾ ਜਿਸ ਦਾ ਠੋਸਪਨ ਤਿਆਰ ਕਰਦਾ ਹੈ ਕਿ ਤੁਹਾਨੂੰ ਜਾਗਰਤ ਆਖੀਏ ਜਾਂ ਤੁਹਾਨੂੰ ਸੱਤਾ ਹੋਇਆ ਆਖੀਏ ਤੁਹਾਨੂੰ ਮੁਰਛਤ ਆਖੀਏ ਕਿ ਤੁਹਾਨੂੰ ਹੋਸ਼ ਵਿੱਚ ਆਖੀਏ ਅਤੇ ਜਦ ਵੀ ਅਸੀਂ ਇਹਨਾਂ ਸ਼ਬਦਾਂ ਦਾ ਪ੍ਰਯੋਗ ਕਰਾਂਗੇ ਤਾਂ ਧਿਆਨ ਚ ਰੱਖਣਾ ਕਿ ਸਾਰੇ ਸ਼ਬਦ ਰਿਲੇਟਿਵ ਸਬੰਧਤ ਅਰਥਾਂ 'ਚ ਇਸਤੇਮਾਲ ਹੁੰਦੇ ਹਨ ਜਿਵੇਂ ਅਸੀਂ ਜਦ ਕਹਿੰਦੇ ਹਾਂ ਕਮਰੇ 'ਚ ਪ੍ਰਕਾਸ਼ ਹੈ ਤਾਂ ਉਹਦਾ ਕੁੱਲ ਮਤਲਬ ਇਹ ਨਾ ਹੁੰਦਾ ਕਿ ਬਾਹਰ ਜਿੰਨਾ ਪ੍ਰਕਾਸ਼ ਹੈ ਉਸ ਤੋਂ ਵੱਧ ਹੈ ਇਨਾ ਹੀ ਮਤਲਬ ਹੁੰਦਾ ਹੈ ਅਜੇ ਇਸ ਕਮਰੇ 'ਚ ਪ੍ਰਕਾਸ਼ ਹੈ ਕਿਉਂਕਿ ਬਾਹਰ ਹਨੇਰਾ ਹੈ ਬਾਹਰ ਜੇਕਰ ਸੂਰਜ ਨਿਕਲਿਆ ਹੋਵੇ ਤੇ ਤੇਜ ਪ੍ਰਕਾਸ਼ ਹੋਵੇ ਤੇ ਇਹ ਕਮਰਾ ਹਨੇਰਾ ਮਲੂਮ ਪੈਣ ਲੱਗੇਗਾ ਜਦ ਅਸੀਂ ਕਹਿੰਦੇ ਹਾਂ ਕੋਈ ਚੀਜ਼ ਜਾਗਰਤ ਹੈ ਜਾਂ ਕੋਈ ਸੁਪਤਾ ਹੈ ਤਦ ਵੀ ਸਾਡਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦੀ ਤੁਲਨਾ ਵਿੱਚ ਪਰ ਭਾਸ਼ਾ 'ਚ ਬੜੀ ਇਕਠਨਾਈ ਹੈ ਕਿਉਂਕਿ ਜੇਕਰ ਅਸੀਂ ਬਾਰ-ਬਾਰ ਤੁਲਨਾ ਕਰੀਏ ਤਾਂ ਕਹਿਣਾ ਬਹੁਤ ਮੁਸ਼ਕਲ ਹੋ ਜਾਏਗਾ ਇਸ ਲਈ ਭਾਸ਼ਾ 'ਚ ਅਸੀਂ ਸ਼ਬਦਾਂ ਦਾ ਇਸਤੇਮਾਲ ਐਬਸੋਲੂਟ ਕਰ ਅਰਥ ਹੰਝ ਕਰਦੇ ਆ ਜੋ ਕਿ ਠੀਕ ਨਹੀਂ ਹੈ ਠੀਕ ਤਾਂ ਹਮੇਸ਼ਾ ਰਿਲੇਟਿਵਿਟੀ ਹੁੰਦੀ ਹੈ ਅਸੀਂ ਇੱਥੇ ਇੰਨੇ ਲੋਕ ਬੈਠੇ ਆ ਇਹ ਅਰਥ ਵਿੱਚ ਅਸੀਂ ਸਾਰੇ ਜਾਗੇ ਹੋਏ ਆ ਪਰ ਇਹ ਗੱਲ ਬਹੁਤ ਹੀ ਠੀਕ ਨਹੀਂ ਹੈ ਇੱਥੇ ਜਿੰਨੇ ਲੋਕ ਬੈਠੇ ਆ ਉਹਨੀਆਂ ਮਿਕਦਾਰਾਂ ਵਿੱਚ ਲੋਕ ਜਾਗੇ ਹੋਏ ਹੋਣਗੇ ਇੱਥੇ ਹਰ ਆਦਮੀ ਇੱਕੋ ਜਿਹਾ ਜਾਗਿਆ ਹੋਇਆ ਨਹੀਂ ਹੈ ਇਸ ਲਈ ਹੋ ਸਕਦਾ ਹੈ ਤੁਹਾਡਾ ਗਵਾਂਡੀ ਤੁਹਾਡੇ ਅਰਥਾਂ 'ਚ ਸੁੱਤਾ ਹੋਇਆ ਹੋਵੇ ਤੇ ਤੁਹਾਡਾ ਦੂਜਾ ਗਵਾਂਡੀ ਤੁਹਾਡੇ ਅਰਥਾਂ 'ਚ ਜਾਗਿਆ ਹੋਇਆ ਹੋਵੇ ਜਾਗਣ ਤੇ ਮੁਰਛਾ ਦੇ ਵਿਚਾਲੇ ਜੋ ਤਤ ਯਾਤਰਾ ਕਰਦਾ ਉਹ ਧਿਆਨ ਹੈ ਇਸ ਲਈ ਅਸੀਂ ਧਿਆਨ ਨੂੰ ਸਮਝ ਲਈਏ ਤਾਂ ਇਹਨਾਂ ਦੋਹਾਂ ਨੂੰ ਵੀ ਅਸੀਂ ਸਮਝ ਜਾਵਾਂਗੇ ਧਿਆਨ ਦਾ ਮਤਲਬ ਹੈ ਕਿਸੇ ਚੀਜ਼ ਦਾ ਬੋਧ ਅਵੇਅਰਨੈਸ ਕਿਸੇ ਚੀਜ਼ ਦਾ ਪਤਾ ਲੱਗਣਾ ਕਿਸੇ ਚੀਜ਼ ਦੀ ਕੌਂਸ਼ੀਅਸਨੈਸ ਵਿੱਚ ਅਕਸ ਬਣਨਾ ਤੇ ਹਰ ਪਲ ਜਿਹਾ ਹੀ ਹੈ ਸਾਡਾ ਕਿ ਅਜਿਹਾ ਵੀ ਨਹੀਂ ਹੈ ਕਿ 24 ਘੰਟੇ ਜੇਕਰ ਕੋਈ ਆਦਮੀ ਜਾਗਿਆ ਹੋਇਆ ਹੈ ਤਾਂ ਇੱਕੋ ਜਿਹਾ ਜਾਗਿਆ ਹੋਇਆ ਰਹਿੰਦਾ ਹੈ ਅਜਿਹਾ ਵੀ ਨਹੀਂ ਹੈ